मलोड़ के पिंड रेता टिब्बा विच सहुरे परिवार वालों अपनी नूंह की कुटमार करन अते सिर दे वाल कट्टण का मामला सामने आया। कुटमार का शिकार हुई पीड़ित औरत मलोड़ के सरकारी हस्पताल इलाज अधीन है। थाना कबरवाला पुलिस ने पीड़ित औरत के बयान से दोषियों विरुद्ध मामला दर्ज कर लिया। पीड़िता ने दसिया कि उसका घरवाला उसके करैक्टर से शक करता सी ते अक्सर ही लड़ता झगड़ता रहिंदा सी। वह मोबाइल फोन पर गल कर रही थी तो उसके घरवाले ने शक के आधार पर उसकी कुटमार करनी शुरू कर दी। तो उसके घरवाले ने अपने भरावां दियोर बूटा सिंह ते जेठ सुरजीत सिंह नाल मिल के कुटमार करदिया उसके सिर के वाल भी कट दिते। हाँ जी, मेरे घरवाले ने कुटिया जी, मैं नजायज़ गल तो शक शुबा तो जी वाल कट्टे आ, मेरे सट्टा लाइया, बहुत बाही नाल कुटिया जी, कैंची नाल वाल कट्टे आ जी, बच्चे मेरे तो कोले आ। ਕਿੰਨੇ ਬੱਚੇ ਹੈਗੇ? ਦੋ ਬੱਚੇ ਆ ਜੀ। ਕੁੜੀ ਮੁੰਡਾ ਕਿੰਨਾ ਚਿਰ ਹੋ ਗਿਆ ਆਪ? 15 ਸਾਲ ਹੋ ਗਏ ਜੀ ਆਪ। ਕੀ ਕੰਮ ਕੀ ਕਰਦਾ? ਫਰਨੀਚਰ ਦਾ ਕੰਮ ਕਰਦੇ। ਅੱਛਾ, ਕਿੰਨੇ ਕਿੰਨੇ ਦਿਨ ਹੋ ਗਏ ਕਰਦੇ ਆਪ? 3 ਦਿਨ ਹੋ ਗਏ ਆ ਜੀ। ਕੁਛ ਨਹੀਂ ਕਰਦਾ ਪਿਆ? ਹਾਂਜੀ। ਕੀ ਲਿਖਾਇਆ ਕਿ ਕੀ ਆ? ਬਸ ਸੱਟਾਂ ਲਿਖੀਆਂ ਉਹਨਾਂ ਨੇ, ਸਾਰਾ ਕੁਛ ਲਿਖਿਆ ਵਾ, ਪਰ ਸੁਣਵਾਈ ਨਹੀਂ ਕੋਈ ਵੀ ਹੋਈ, ਨਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਵਾ। ਮੇਰੀ ਕੋਈ ਸੁਣਵਾਈ ਨਹੀਂ ਹੋਈ ਜੀ ਇੱਥੇ, ਨਾ ਕੋਈ ਇਲਾਜ ਕੀਤਾ ਗਿਆ ਵਾ। ਕਿਹੜੇ ਕਿਹੜੇ ਕੌਣ ਕੌਣ ਹੈਗੇ ਨਾਲ? ਦਿਓਰ ਆ ਮੇਰੇ, ਦੋ ਸੱਸ ਆ ਮੇਰੀ, ਮੇਰਾ ਘਰ ਵਾਲਾ, ਉਹਨਾਂ ਨੇ ਕੁੱਟਿਆ। ਕੀ ਕਹਿਣਾ ਹੈਗਾ ਪੁਲਿਸ ਬਾਅਦ 'ਚ? ਪੁਲਿਸ ਵਾਲੇ ਬਸ ਕਹਿ ਗਏ ਕਿ ਪਰਚਾ ਲਿਖ ਦਿੱਤਾ ਤੇਰਾ, ਅਤੇ ਕਰਾਂਗੇ ਅਸੀਂ ਸੁਣਵਾਈ। ਕਹਿ ਕੇ ਗਏ ਫੜ ਲਿਆ, ਪਰ ਉਹਨੂੰ ਫੜਿਆ ਨਹੀਂ ਗਾ, ਉਹ ਫੋਨ ਕਰਕੇ ਧਮਕੀਆਂ ਦਿੰਦਾ। ਨਾਂ ਸੰਦੀਪ ਕੌਰ ਆ, ਮੈਂ ਇਹਦੀ ਭਰਜਾਈ ਹਾਂ ਜੀ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ। ਉਹ ਅਜੇ ਤੀਕਰ ਵੀ ਖੁੱਲ੍ਹਾ ਤੁਰਿਆ ਫਿਰਦਾ, ਮਾਰ ਕੁੱਟੀ ਕਰਕੇ ਇਸ ਤਰ੍ਹਾਂ, ਦੇਖੋ ਕਿੰਨੀ ਬੁਰੀ ਹਾਲਤ ਕੀਤੀ ਆ ਕੁੜੀ ਦੀ। ਉਹ ਆਪ ਆਜ਼ਾਦ ਫਿਰਦਾ ਕਾਹਦੇ ਵਾਸਤੇ? ਕਾਨੂੰਨ ਨੂੰ ਤਾਂ ਕਾਰਵਾਈ ਕਦੋਂ ਨਹੀਂ ਕਰੀ ਜਾਂਦੀ? ਕੀ ਕਾਰਨ ਹੈ ਕਿਉਂ ਤੰਗ ਪਰੇਸ਼ਾਨ ਕਰ ਰਿਹਾ? ਤੰਗ ਪਰੇਸ਼ਾਨ ਸ਼ੱਕ ਸ਼ੁਬਾ 'ਚ ਕੁੱਟਦਾ ਜੀ। ਕੋਈ ਸੱਸ ਨੇ ਮਾੜੀ ਕੁ ਗੱਲ ਕਹਿਤੀ, ਉਸੇ ਮਗਰ ਲੱਗ ਕੇ ਆਪਦੀ ਮਾਂ ਮਗਰ ਲੱਗ ਕੇ ਕੁੱਟਣ ਲੱਗ ਪੈਂਦਾ। ਦਿਓਰਾ ਜੇਠਾਂ ਦਾ ਕੋਈ ਕੰਮ ਨਹੀਂ ਗਾ, ਕਿਹਦੇ ਮੋਢਿਆਂ 'ਤੇ ਚੜ੍ਹ ਕੇ ਵਾਲ ਇਹਦੇ ਕੱਟੇ ਗਏ। ਕਿੰਨੇ ਬੱਚੇ ਹੈਗੇ ਆ? ਦੋ ਬੱਚੇ ਆ ਜੀ ਇਹਦੇ, ਇੱਕ ਲੜਕੀ ਇੱਕ ਕਾਕਾ। ਇਹਨੂੰ ਮੇਰੇ ਆਉਣ ਤਾਂ ਪਹਿਲਾਂ ਦੀ ਆ ਜੀ, ਪਹਿਲਾਂ ਮੇਰੇ ਸੱਸ ਸਹੁਰੇ ਨੂੰ ਵੀ 10 ਸਾਲ ਹੋ ਗਏ ਇਸ ਗੱਲ ਨੂੰ। ਇਹਨੂੰ ਉਦੋਂ ਵੀ ਬਹੁਤ ਕੁੱਟਿਆ ਮਾਰਿਆ ਸੀਗਾ, ਅਤੇ ਮੇਰੇ ਸੱਸ ਸਹੁਰੇ ਨੂੰ ਇਹਨਾਂ ਨੇ ਅੰਦਰ ਕੈਦ ਕੀਤਾ ਸੀ ਉਸ ਟਾਈਮ ਲਈ। ਘਰੇ ਬੁਲਾ ਕੇ ਬਹੁਤ ਕੁੱਟਿਆ ਸੀ ਇਹਨਾਂ ਨੂੰ ਵੀ, ਇਹਨਾਂ ਦੇ ਪੇਕੇ ਪਰਿਵਾਰ ਨੂੰ ਵੀ ਜੀ। ਪੁਲਿਸ ਕਾਰਵਾਈ ਕਰੀ ਜਾਂਦੀ ਆ ਬਸ, ਮਾੜੀ ਮੋਟੀ ਆ, ਇੰਨੀ ਜ਼ਿਆਦਾ ਨਹੀਂ ਹੈਗੀ। ਗੁੜੀਆਂ ਨੂੰ ਵਿਆਹੀ ਨੂੰ 14-15 ਸਾਲ ਹੋ ਗਏ ਆ ਜੀ। ਪ੍ਰਾਹੁਣਾ ਬਹੁਤ ਤੰਗ ਕਰ ਰਿਹਾ ਜੀ ਇਹਨੂੰ, ਉੜਦਾ ਮਾਰਦਾ। ਉਹ ਵੇਖੋ ਵਾਲ ਕੱਟੇ ਹੋਣੇ ਜੀ ਇਹਦੇ, ਅਤੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਹਨੂੰ ਕੋਈ ਇਨਸਾਫ ਮਿਲੇ ਜੀ। ਹਾਂਜੀ, ਕਿਸ ਤਰ੍ਹਾਂ ਸੂਚਨਾ ਮਿਲੀ ਤੁਹਾਨੂੰ ਵੀ ਆਵਾਜ਼ ਜਿਹੜੇ ਜਦੋਂ ਪੜਦਾ ਮਾਰਦਾ ਸੀ ਸਾਨੂੰ ਫੋਨ ਕਰਕੇ ਦੱਸਦਾ ਸੀ ਵੀ ਆਹ ਸੁਣ ਲਓ, ਮੈਂ ਵੀਡੀਓ ਕਾਲ ਤੇ ਦਿਖਾਉਂਦਾ ਸੀ ਜੀ। ਅਗਰ ਜੇ ਕੁੜੀ ਸਾਡੀ 'ਚ ਗਲਤੀ ਸੀ ਸਾਨੂੰ ਸੱਦ ਕੇ ਸਾਡੇ ਸਾਹਮਣੇ ਵਾਲ ਕੱਢਦਾ, ਸਾਡੇ ਸੱਦੇ ਤੋਂ ਬਗੈਰ ਉਹਨੇ ਇਹ ਕੰਮ ਕੀਤਾ। ਇੱਕ ਬੀਬੀ ਹਰਜਿੰਦਰ ਕੌਰ ਉਰਫ ਸੋਨੀ, ਪਤਨੀ ਗੁਰਦੀਪ ਸਿੰਘ, ਇਹ 27 ਤਰੀਕ ਨੂੰ ਸਿਵਲ ਹੋਸਪਿਟਲ ਦਾਖਲ ਹੋਈ ਸੀਗੀ ਕਿ ਮੇਰੇ ਨਾਲ ਮੇਰੇ ਪਤੀ ਅਤੇ ਮੇਰੇ ਦਿਓਰਾ ਜੇਠਾ ਨੇ ਜਿਹੜੀ ਹੈ ਕੁੱਟਮਾਰ ਕੀਤੀ ਆ, ਔਰ ਕੁੱਟਮਾਰ ਕਰਕੇ ਅਤੇ ਮੇਰੇ ਜਿਹੜੇ ਸਿਰ ਦੇ ਵਾਲ ਸੀਗੇ ਉਹ ਕੱਟ ਦਿੱਤੇ ਆ। ਸਿਰ ਦੇ ਵਾਲ ਕੱਟਣ ਦਾ ਵਜ੍ਹਾ ਰੰਜਿਸ਼ ਇਹ ਸੀਗਾ ਕਿ ਇਹਦਾ ਪਤੀ ਜਿਹੜਾ ਸੀ ਇਹਦੇ ਕਰੈਕਟਰ 'ਤੇ ਜਿਹੜਾ ਸ਼ੱਕ ਕਰਦਾ ਸੀ, ਜਿਹਦੇ ਕਰਕੇ ਉਹਨੇ ਵਾਲ ਕੱਟੇ ਆ। ਇਹਦੇ ਸੰਬੰਧ ਵਿੱਚ ਮੁਕੱਦਮਾ ਨੰਬਰ 107 ਅਧੀਨ ਧਾਰਾ 323, 341, 509, 506, 34 IPC ਥਾਣਾ ਕਬਰਵਾਲਾ ਦਰਜ ਰਜਿਸਟਰ ਕਰਕੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਾਲ ਕੱਟਣ ਦਾ ਮਾਮਲਾ ਜਿਵੇਂ ਕਿ ਦੱਸਿਆ ਜਾਵੇ ਵੀ ਵਾਲ ਕੱਟੇ ਗਏ, ਵਾਲ ਕੱਟਣ ਦੀ ਕੋਈ ਵੈਸੇ ਵੀ ਕੋਈ ਧਾਰਾ ਹੈਗੀ ਹੈ ਜਿਹੜੀ ਕਿ ਉਸ ਕਰਦੇ? ਇਹ 509 ਦੇ ਵਿੱਚ ਹੀ ਆਉਂਦਾ, ਕਿਸੇ ਵੀ ਔਰਤ ਦੇ ਜਿਹੜੀ ਉਹਦਾ ਅਪਮਾਨ ਕਰਨਾ, ਉਹਦੀ ਨਿੱਜਤਾ ਦਾ ਅਪਮਾਨ ਕਰਨਾ। ਇਹਦੇ ਵਿੱਚ ਕਿਸੇ ਗ੍ਰਿਫਤਾਰੀ ਹੋਈ ਹੈ ਜੀ ਕਿਤੇ? ਇਹਦੇ ਵਿੱਚ 3 ਜਣੇ ਜਿਹੜੇ ਆ, ਗੁਰਦੀਪ ਸਿੰਘ ਇਸ ਜਿਹੜੀ ਲੇਡੀਜ਼ ਹੈ ਇਹਦਾ ਹਸਬੈਂਡ ਗੁਰਦੀਪ ਸਿੰਘ, ਇਸ ਦੇ ਦੂਜੇ ਦੋ ਜੇਠ ਨੇ ਦਿਓਰ ਜੇਠ ਨੇ ਸੁਰਜੀਤ ਸਿੰਘ ਔਰ ਬੂਟਾ ਸਿੰਘ, ਉਹਨਾਂ 3 ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।